ਸਤਿ ਸ਼੍ਰੀ ਅਕਾਲ ਜੀ। ਦੇਸ਼ ਵਿਦੇਸ਼ ਤੋਂ ਜੁੜੇ ਸਾਰੇ ਹੀ ਸਰੋਤਿਆਂ ਦਾ ਮੇਰੇ ਵੱਲੋਂ, ਮੇਰੀ ਟੀਮ ਵੱਲੋਂ ਬਹੁਤ ਬਹੁਤ ਸਵਾਗਤ ਹੈ ਜੀ। ਇਸ ਵਕਤ ਬਰੈਂਪਟਨ ਕੈਨੇਡਾ ਦੇ ਵਿੱਚ ਵੱਜ ਚੁੱਕੇ ਨੇ 8:30, ਇਟ ਮੀਨਜ਼ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ 6 ਵੱਜ ਰਹੇ ਨੇ ਸਵੇਰ ਦੇ। ਸੋ ਸਾਰੇ ਹੀ ਸਰੋਤਿਆਂ ਨੂੰ ਸਭ ਤੋਂ ਪਹਿਲਾਂ ਸੁਨੇਹਾ ਦੇਣ ਜਾ ਰਹੇ ਹਾਂ ਜੀ, ਡਾਇਰੈਕਟ ਮੀਟ ਦਾ ਜੋ ਕਿ ਹੋਣ ਜਾ ਰਹੀ ਆ ਮੋਹਾਲੀ ਆਫਿਸ ਦੇ ਵਿੱਚ 3rd of September। ਮਿਸਟਰ ਭੁਪਿੰਦਰ ਸਿੰਘ ਗਿੱਲ HOD ਇਮੀਗ੍ਰੇਸ਼ਨ ਬੈਠਣਗੇ ਉੱਥੇ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਣ ਦੇ ਲਈ, ਕਿਉਂਕਿ ਆਹ ਦਿਨਾਂ ਦੇ ਵਿੱਚ ਮੈਂ ਕੈਨੇਡਾ ਹਾਂ ਅਤੇ ਉਸ ਰੁਝੇਵੇਂ ਕਰਕੇ ਸਰਦਾਰ ਭੁਪਿੰਦਰ ਸਿੰਘ ਗਿੱਲ ਹੁਣੀ ਬੈਠਣਗੇ ਮੇਰੀ ਜਗ੍ਹਾ 'ਤੇ ਐਂਡ ਸਵੇਰੇ 10 ਵਜੇ ਪਹੁੰਚਣਗੇ ਮੋਹਾਲੀ ਆਫਿਸ, ਦੁਪਹਿਰ ਦੇ 1 ਵਜੇ ਤੱਕ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਣਗੇ। ਸੋ ਦੋਸਤੋ, ਬੇਨਤੀ ਆ ਉਹਨਾਂ ਕਲਾਇੰਟਸ ਨੂੰ, ਉਹਨਾਂ ਕੈਂਡੀਡੇਟਸ ਨੂੰ ਜਿਨ੍ਹਾਂ ਦਾ ਅਫੀਸ਼ੀਅਲ ਡਰੌਪ ਚੱਲ ਰਿਹਾ ਸੀ, ਹੁਣੇ ਮੇ ਤੋਂ ਸ਼ੁਰੂ ਹੋਇਆ ਸੀ, ਸਪਟੈਂਬਰ ਤੱਕ ਅਫੀਸ਼ੀਅਲ ਡਰੋਪ ਸੀਗਾ, ਉਹਨਾਂ ਨੇ ਆਪਦੇ ਓਪਨ ਵਰਕ ਪਰਮਿਟ ਲਾਉਣੇ ਸੀ, ਬਟ ਸਾਡੀ ਕੰਪਨੀ ਅਫੀਸ਼ੀਅਲ ਡਰੋਪਸ ਦੇ ਵਿੱਚ ਨਹੀਂ ਅਪਲਾਈ ਕਰਦੀ ਓਪਨ ਵਰਕ ਪਰਮਿਟ। ਉਸ ਚੀਜ਼ ਨੂੰ ਲੈ ਕੇ, ਉਸ ਕਾਰਨ ਕਰਕੇ ਉਹਨਾਂ ਨੂੰ ਅਸੀਂ ਰੋਕਿਆ ਸੀ। ਸੋ ਹੁਣ ਸ਼ੁਰੂ ਹੋਣ ਜਾ ਰਿਹਾ ਉਹਨਾਂ ਦਾ ਨੈਕਸਟ ਸਮੈਸਟਰ, ਸਪਟੈਂਬਰ ਤੋਂ ਪੜ੍ਹਾਈ ਸ਼ੁਰੂ ਹੋਣ ਜਾ ਰਹੀ ਹੈ। ਜਿਹੜੇ ਸਰੋਤੇ ਸੁਣ ਰਹੇ ਨੇ, ਜਿਹੜੇ ਕਲਾਇੰਟ ਸੁਣ ਰਹੇ ਨੇ ਜਿਨ੍ਹਾਂ ਨੂੰ ਅਸੀਂ ਡਰੋਪ ਕਰਕੇ ਰੋਕਿਆ ਹੋਇਆ ਸੀ, ਸਪਟੈਂਬਰ 'ਚ ਤੁਸੀਂ ਤੁਹਾਡੇ ਸਪਾਊਸ ਦਾ ਐਜੂਕੇਸ਼ਨ ਸ਼ੁਰੂ ਹੋਣੀ ਹੈ, ਸੋ ਪਲੀਜ਼ ਤੁਸੀਂ ਆਪ ਭੁਪਿੰਦਰ ਸਿੰਘ ਗਿੱਲ ਉਹਨਾਂ ਨੂੰ ਮਿਲ ਲਓ, ਆਪਦੇ ਕੇਸ ਰੈਡੀ ਕਰਨੇ ਸ਼ੁਰੂ ਕਰ ਦਿਓ। ਜਿੱਦਾਂ ਹੀ ਉਹਨਾਂ ਨੂੰ ਅਨਰੋਲਮੈਂਟ ਲੈਟਰ ਮਿਲੂਗੀ ਸਪਟੈਂਬਰ ਸੈਸ਼ਨ ਦੀ, ਆਪਾਂ ਨਾਲ ਹੀ ਤੁਹਾਡੇ ਕੇਸ ਨੂੰ ਪ੍ਰੋਸੈਸ ਕਰ ਦਿਆਂਗੇ। ਓਪਨ ਵਰਕ ਪਰਮਿਟ ਵਾਲੇ ਸਾਰੇ ਕੈਂਡੀਡੇਟ ਧਿਆਨ ਦੇਣ ਜੀ, ਜਿਨ੍ਹਾਂ ਦਾ ਡਰੋਪ ਚੱਲ ਰਿਹਾ ਸੀ, ਅਫੀਸ਼ੀਅਲ ਡਰੋਪ ਸੀ, ਮੇ ਦੇ ਵਿੱਚ ਸ਼ੁਰੂ ਹੋਇਆ ਸੀ ਡਰੋਪ, ਸਪਟੈਂਬਰ 'ਚ ਖਤਮ ਹੋਣਾ ਆ ਜਾ ਕੇ, ਸਪਟੈਂਬਰ 'ਚ ਪੜ੍ਹਾਈ ਸ਼ੁਰੂ ਹੋ ਜਾਣੀ ਆ। ਸੋ ਜਿੱਦਾਂ ਹੀ ਅਨਰੋਲਮੈਂਟ ਲੈਟਰ ਮਿਲਦੀ ਹੈ ਨਾਲ ਹੀ ਆਪਾਂ ਕੇਸ ਨੂੰ ਪ੍ਰੋਸੈਸ ਕਰ ਦੇਣਾ। ਸੋ 3 ਸਪਟੈਂਬਰ ਨੂੰ ਤੁਸੀਂ ਆਪਦੇ ਸਾਰੇ ਡਾਕੂਮੈਂਟਸ ਲੈ ਕੇ, ਤੁਸੀਂ ਸਾਰੀ ਆਪਦੀ ਇਨਫੋਰਮੇਸ਼ਨ ਲੈ ਕੇ, ਸਪਾਊਸ ਦੀ ਇਨਫੋਰਮੇਸ਼ਨ ਲੈ ਕੇ ਮੋਹਾਲੀ ਆਫਿਸ ਮਿਲੋ ਭੁਪਿੰਦਰ ਸਿੰਘ ਗਿੱਲ ਹੋਣਾ ਨੂੰ। ਉਹ ਤੁਹਾਨੂੰ ਅੱਗੇ ਜੋ ਵੀ ਤੁਹਾਡੇ ਕੇਸ ਦੇ ਵਿੱਚ ਉਹਨਾਂ ਦੀਆਂ ਰਿਕੁਆਇਰਮੈਂਟ ਹੋਣਗੀਆਂ ਉਹ ਸਾਰੀਆਂ ਤੁਹਾਨੂੰ ਦੱਸ ਦੇਣਗੇ, ਅਤੇ ਤੁਸੀਂ ਆਪਦੀ ਫਾਈਲ ਨੂੰ ਰੈਡੀ ਕਰਕੇ ਉਸ ਤੋਂ ਬਾਅਦ ਆਪਾਂ ਫਾਈਲ ਪ੍ਰੋਸੈਸ ਕਰ ਦੇਵਾਂਗੇ। ਅਗਲਾ ਜਿਹੜਾ ਸੁਨੇਹਾ ਆ ਉਹ ਸਟੂਡੈਂਟਸ ਵਾਸਤੇ ਆ ਜੀ, ਜਿਹੜੇ ਜਿਨ੍ਹਾਂ ਨੇ ਆਪ ਕੈਨੇਡਾ ਵਿੱਚ ਪੜ੍ਹ ਰਹੇ ਨੇ ਜਾਂ ਇੰਡੀਆ ਤੋਂ ਵੀਜ਼ਾ ਉਹਨਾਂ ਨੂੰ ਮਿਲ ਚੁੱਕਿਆ ਜਾਂ ਕੈਨੇਡਾ ਵਿੱਚ ਪੜ੍ਹ ਰਹੇ ਨੇ, ਆਪਦੇ ਕਿਸੇ ਹੋਰ ਪ੍ਰੋਵਿੰਸ ਦੇ ਵਿੱਚ ਪੜ੍ਹਾਈ ਪੂਰੀ ਕਰ ਚੁੱਕੇ ਨੇ ਬਟ ਅਗਲਾ ਨੈਕਸਟ ਕੋਰਸ ਜਾ ਕੇ ਉਹ ਮੈਨੀਟੋਬਾ 'ਚ ਪੜ੍ਹਨਾ ਚਾਹੁੰਦੇ ਨੇ, ਕਿਉਂਕਿ ਉੱਥੇ ਥੋੜ੍ਹੇ ਜਿਹੀ PNP ਈਜ਼ੀਲੀ ਪੈ ਜਾਂਦੀ ਆ, ਤਾਂ ਬੱਚਿਆਂ ਦਾ ਕਾਫੀ ਰੁਝਾਨ ਹੁੰਦਾ ਜਾ ਕੇ ਮੈਨੀਟੋਬਾ ਵਿੱਚ ਪੜ੍ਹਾਈ ਕਰਨ ਦਾ, ਬਟ ਕਾਲਜਿਸ ਐਂਡ ਕੋਰਸਿਸ ਲਿਮਿਟਡ ਹੋਣ ਕਰਕੇ ਆਫਰ ਲੈਟਰਸ ਨਹੀਂ ਇਸ਼ੂ ਹੁੰਦੀਆਂ ਜਾਂ ਐਡਮਿਸ਼ਨ ਨਹੀਂ ਮਿਲਦੀ। ਪਲੀਜ਼ ਧਿਆਨ ਦੇਣ ਉਹ ਸਾਰੇ ਸਰੋਤੇ ਜਿਨ੍ਹਾਂ ਦੀਆਂ ਜਿਹੜੇ ਕਿਸੇ ਹੋਰ ਪ੍ਰੋਵਿੰਸ ਦੇ ਵਿੱਚ ਰਹਿ ਕੇ ਪੜ੍ਹ ਰਹੇ ਨੇ, ਪੜ੍ਹਾਈ ਖਤਮ ਹੋ ਗਈ ਆ ਜਾਂ ਕਿਸੇ ਕਾਰਨ ਕਰਕੇ ਕੋਰਸ ਕੰਪਲੀਟ ਨਹੀਂ ਕਰ ਸਕੇ, ਹੁਣ ਆਪਦੀ ਅਗਲੀ ਨੈਕਸਟ ਐਜੂਕੇਸ਼ਨ ਜਾ ਕੇ ਮੈਨੀਟੋਬਾ ਸ਼ਹਿਰ ਦੇ ਮੈਨੀਟੋਬਾ ਪ੍ਰੋਵਿੰਸ ਦੇ ਵਿੱਚ ਸ਼ੁਰੂ ਕਰਨ ਜਾ ਰਹੇ ਹੋ, ਚਾਹੁੰਦੇ ਨੇ, ਤਾਂ ਸਪਟੈਂਬਰ ਦੀਆਂ ਸੀਟਸ ਓਪਨ ਹੋ ਚੁੱਕੀਆਂ ਨੇ ਜੀ। ਸਪਟੈਂਬਰ ਲਈ ਜਿਹੜੇ ਕੋਰਸ ਨੇ ਮੈਂ ਤੁਹਾਨੂੰ ਬੋਲ ਕੇ ਦੱਸ ਦਿੰਦਾ, ਤੁਸੀਂ ਬਾਕੀ ਜ਼ਿਆਦਾ ਇਨਫੋਰਮੇਸ਼ਨ ਲਈ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ, ਕੈਪਸ਼ਨ ਦੇ ਵਿੱਚ ਨੰਬਰ ਦਿੱਤੇ ਹੋਏ ਨੇ। ਬਟ ਤੁਸੀਂ ਓਵਰਆਲ ਜਿਹੜੇ ਹੈਗੇ ਕਲਨਰੀ ਆਰਟਸ, ਐਗਰੀਕਲਚਰ, ਬਿਜ਼ਨਸ, ਇੰਟਰੈਕਟਿਵ ਮੀਡੀਆ, ਹੋਟਲ ਐਂਡ ਹੋਸਪਿਟੈਲਿਟੀ ਸਰਵਿਸਿਸ, CIS, ਮਾਰਕੀਟਿੰਗ, ਲੈਂਡ ਪਲੱਸ ਵਾਟਰ, ਅਕਾਊਂਟਿੰਗ, HR ਮੈਨੇਜਮੈਂਟ, ਕਾਰਪੈਂਟਰੀ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਟੈਕਨੋਲੋਜੀ, ਇਹ ਕੋਰਸਿਸ ਓਪਨ ਹੋਣ ਜਾ ਰਹੇ ਨੇ ਜੀ ਸਪਟੈਂਬਰ ਸੈਸ਼ਨ ਦੇ ਲਈ ਮੈਨੀਟੋਬਾ ਪ੍ਰੋਵਿੰਸ ਦੇ ਵਿੱਚ, ਜਿਹੜੇ ਜਿਹੜੇ ਕੈਂਡੀਡੇਟਸ ਕਿਸੇ ਹੋਰ ਪ੍ਰੋਵਿੰਸ ਤੋਂ ਮੂਵ ਹੋਣਾ ਚਾਹੁੰਦੇ ਨੇ ਮੈਨੀਟੋਬਾ, ਤਾਂ ਪਲੀਜ਼ ਉਹ ਐਜ਼ ਸੂਨ ਐਜ਼ ਪੋਸੀਬਲ ਕੋਂਟੈਕਟ ਕਰਕੇ ਆਪਦੀ ਸੀਟ ਕਨਫਰਮ ਕਰਵਾ ਸਕਦੇ ਨੇ, ਆਫਰ ਲੈਟਰ ਕਢਵਾ ਸਕਦੇ ਨੇ। ਸੋ ਇੰਨਾ ਕਹਿੰਦਾ ਹੋਇਆ ਖਿਮਾ ਦਾ ਜਾ ਚੁੱਕਾਂ ਜੀ। ਲਾਸਟ ਦੇ ਵਿੱਚ ਫਿਰ ਦੱਸ ਦੇਣਾ ਚਾਹੁੰਦਾ, 3 ਸਪਟੈਂਬਰ ਨੂੰ ਮੋਹਾਲੀ ਆਫਿਸ ਬੈਠਣਗੇ ਸਰਦਾਰ ਭੁਪਿੰਦਰ ਸਿੰਘ ਗਿੱਲ। ਉਹ ਕੈਂਡੀਡੇਟਸ ਧਿਆਨ ਦੇਣ ਜਿਨ੍ਹਾਂ ਨੇ ਸਟੂਡੈਂਟ ਵੀਜ਼ਾ ਅਪਲਾਈ ਕਰਨਾ, ਜਾਂ ਉਹ ਕੈਂਡੀਡੇਟਸ ਜਿਨ੍ਹਾਂ ਦਾ ਮੇ ਦੇ ਵਿੱਚ ਡਰੋਪ ਸੀਗਾ ਐਂਡ ਉਹਨਾਂ ਨੇ ਆਪਦਾ ਓਪਨ ਵਰਕ ਪਰਮਿਟ ਅਪਲਾਈ ਕਰਨਾ, ਪਲੀਜ਼ ਆਪਦੀ ਸਾਰੇ ਜ਼ਰੂਰੀ ਦਸਤਾਵੇਜ਼ ਲੈ ਕੇ ਉੱਥੇ ਜ਼ਰੂਰ ਮਿਲਿਓ। ਇਹਨਾਂ ਕਿੰਨਾ ਹੋਇਆ ਖਿਮਾ ਦਾ ਜਾ ਚੁੱਕਾਂ ਜੀ, ਧੰਨਵਾਦ।